ट्रैफिक पुलिस पठानकोट की तरफ से इंचार्ज ब्रह्मदत्त की मौजूदगी में शाहपुरकंडी में लगाए नाके दौरान स्कूल बसों की चेकिंग की गई। जानकारी देते हुए ट्रैफिक इंचार्ज ब्रह्मदत्त ने बताया कि जिन स्कूल बसों द्वारा नियमों की अवहेलना की गई है उनके चालान काटे गए हैं। देखो जी, ਆਪਾਂ ਮਾਨਯੋਗ SSP ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਰੂਟੀਨ ਦੇ ਵਿੱਚ ਜਿਹੜੀ ਚੈਕਿੰਗ ਹੈ ਸਕੂਲ ਦੀਆਂ ਬੱਸਾਂ ਦੀ, ਕੁਛ ਸਕੂਲ ਦੀਆਂ ਬੱਸਾਂ ਸਾਨੂੰ ਪਤਾ ਲੱਗਾ ਸੀ ਵੀ ਇੱਥੇ ਸ਼ਾਹਪੁਰ ਕੰਡੀ ਜਿਹੜੇ ਟ੍ਰੈਫਿਕ ਰੂਲ ਜਿਹੜੇ ਨੇ ਉਹ ਫਾਲੋ ਨਹੀਂ ਕਰ ਰਹੀਆਂ ਜਾਂ ਸੇਫ ਸਕੂਲ ਵਾਹਨ ਜਿਹੜੇ ਉਹਦੇ ਤਹਿਤ ਨਹੀਂ ਚੱਲ ਰਹੀਆਂ। ਉਹਦੀ ਆਪਾਂ ਚੈਕਿੰਗ ਕੀਤੀ ਹੈ, ਜਿਹੜੀਆਂ ਬੱਸਾਂ ਵਿੱਚ ਪਾਈਆਂ ਗਈਆਂ ਗਲਤ ਉਹਨਾਂ ਦੇ ਚਲਾਣ ਵੀ ਕੀਤੇ ਆਪਾਂ। ਉਹਨਾਂ ਨੂੰ ਡਰਾਈਵਰਾਂ ਨੂੰ ਹਦਾਇਤਾਂ ਇਹ ਦਿੱਤੀਆਂ ਨੇ ਜੀ, ਬੱਚਿਆਂ ਨੂੰ ਬਿਲਕੁਲ ਸੇਫ ਤਰੀਕੇ ਦੇ ਨਾਲ ਲੈ ਕੇ ਜਾਣਾ, ਹੈਲਪਰ ਜਿਹੜਾ ਤੁਹਾਡੇ ਨਾਲ ਹੋਣਾ ਚਾਹੀਦਾ ਅਤੇ ਇੱਕ ਫਾਇਰ ਸਰਵਿਸ ਉਹਦੇ ਨਾਲ ਹੋਣੀ ਚਾਹੀਦੀ, ਕੈਮਰੇ ਲੱਗੇ ਹੋਣੇ ਚਾਹੀਦੇ ਨੇ। ਜਿਹੜੀਆਂ ਵੀ ਸੇਫ ਸਕੂਲ ਵਾਹਨ ਦੇ ਵਿੱਚ ਜਿਹੜੀਆਂ ਵੀ ਹਦਾਇਤਾਂ ਹੈਗੀਆਂ ਉਹਨਾਂ ਨੂੰ ਡਰਾਈਵਰਾਂ ਨੂੰ ਆਪਾਂ ਦੱਸੀਆਂ ਨਾ ਅੱਜ, ਅਤੇ ਉਹ ਡਰਾਈਵਰਾਂ ਨੇ ਵੀ ਆਸ਼ਵਾਸਨ ਦਵਾਇਆ ਵੀ ਅੱਗੇ ਤੋਂ ਆਪਾਂ ਜਿਹੜੀਆਂ ਉਹ ਪੂਰੀਆਂ ਕਰਕੇ ਹੀ ਚੱਲਾਂਗੇ ਬੱਸਾਂ। ਉਹਨਾਂ ਨੂੰ ਮੈਸੇਜ ਇੱਥੇ ਆਪਾਂ ਸਾਰੇ ਸਕੂਲ ਦੇ ਬੱਚਿਆਂ ਨੂੰ ਚੌਂਕ ਦੇ ਵਿੱਚ ਇਕੱਠੇ ਕਰਕੇ ਅਤੇ ਇਹਨਾਂ ਨੂੰ ਸਾਰਿਆਂ ਨੂੰ ਬਰੀਫ ਕੀਤਾ, ਆਪਾਂ ਸਮਝਾਇਆ ਬੱਚਿਆਂ ਨੂੰ ਵੀ ਅੰਡਰ ਏਜ ਜਿਹੜੇ ਬੱਚੇ ਨੇ ਉਹ 2-wheeler ਜਾਂ 4-wheeler ਨਾ ਚਲਾਉਣ। ਜਿਹੜਾ ਵੀ ਬੱਚਾ ਚਲਾਉਂਦਾ ਤੁਹਾਡੇ ਕੋਲ ਪਾਇਆ ਜਾਏਗਾ, ਉਹਦੇ ਖਿਲਾਫ਼ ਜਿਹੜੀ ਸਜ਼ਾ ਉਹਦੇ ਫਾਦਰ ਨੂੰ 25,000 ਜੁਰਮਾਨਾ ਔਰ 3 ਸਾਲ ਦੀ ਕੈਦ ਹੋਵੇਗੀ। ਉਹਦੇ ਮੁਤਾਬਕ ਵੀ ਆਪਾਂ ਜਿਹੜੀ ਕਾਰਵਾਈ ਜਿਹੜਾ ਸਾਨੂੰ ਮਿਲੇਗਾ ਉਹਦਾ ਚਲਾਨ ਜ਼ਰੂਰ ਕਰਾਂਗੇ ਆਪਾਂ।